started this campaign searching for a super salesman, ਮੈਂ ਜ਼ਿਆਦਾਤਰ ਇਹੀ ਸੋਚਿਆ ਸੀਗਾ ਕਿ ਬਿਜ਼ਨਸਮੈਨ ਦੇ ਨਾਲ ਕਰਾਂਗਾ ਜਿਹਨਾਂ ਨੇ ਛੋਟੇ ਜਿਹੇ ਬਿਜ਼ਨਸ ਨੂੰ ਛੋਟੇ ਜਿਹੇ ਆਈਡੀਆ ਨੂੰ ਇੱਕ ਵੱਡਾ ਬਿਜ਼ਨਸ ਕਨਵਰਟ ਕਰਤਾ ਜਿੱਦਾਂ ਕਿ ਤੁਹਾਨੂੰ ਸਾਨੂੰ ਦੱਸਿਆ। ਪਰ ਪੋਲੀਟੀਸ਼ੀਅਨ ਇੱਕ ਕੈਟੇਗਰੀ ਜਦੋਂ ਆਈ ਅਤੇ ਮੈਂ ਰਿਸਰਚ ਕੀਤੀ ਉਦੋਂ ਮੈਂ ਬੈਂਸ ਕਾਲਜ ਬਾਰੇ ਪੜ੍ਹਿਆ, ਰਿਸਰਚ ਕੀਤੀ। ਬੈਂਸ ਕਾਲਜ ਨੇ ਆਪਣੀ ਮਿਹਨਤ ਔਰ ਮੈਂ ਦੇਖਿਆ ਆਪਣੇ ਅੱਖੇ ਡਾਕੂਮੈਂਟਰੀ ਸ਼ੂਟ ਕਰਦੇ ਹੋਏ, ਪੂਰੀ ਡਾਕੂਮੈਂਟਰੀ ਸ਼ੂਟ ਕਿਸ ਤਰ੍ਹਾਂ ਸਵੇਰੇ 8 ਵਜੇ ਤੋਂ ਲੈ ਕੇ ਇਸ ਸਮੇਂ ਰਾਤੀ 12:30 ਵਜ ਰਹੇ ਨੇ, ਲਗਾਤਾਰ ਕੰਮ ਕਰਦੇ ਨੇ ਔਰ ਇਹ ਅੱਜ ਹੀ ਨਹੀਂ ਕਰ ਰਹੇ, ਇਹ ਲਗਾਤਾਰ 20 ਸਾਲਾਂ ਤੋਂ ਕਰ ਰਹੇ ਨੇ। ਐਂਡ ਦੈਟਸ ਅ ਕਮੈਂਡੇਬਲ ਜੋਬ। ਮਤਲਬ ਮੈਂ ਕਦੀ ਪੋਲੀਟੀਸ਼ੀਅਨ ਕੋਈ ਦੇਖਿਆ ਨਹੀਂ ਜਿਹਨਾਂ ਨੇ ਸੇਵਾ ਔਰ ਕਿਸ ਤਰ੍ਹਾਂ ਇੱਕ ਇੱਕ ਬੰਦੇ ਦੀ ਗੱਲ ਸੁਣਨੀ, ਇੱਕ ਇੱਕ ਬੰਦੇ ਦੀ ਪੂਰੀ ਪੇਨ ਲੈਣੀ, ਫਿਰ ਉਸ ਤੋਂ ਬਾਅਦ ਸੋਲਿਊਸ਼ਨ ਕਨਫਰਮ ਕਰਨਾ ਕਿ ਉਹ ਹੋ ਗਿਆ ਕਿ ਨਹੀਂ ਹੋਈ ਪ੍ਰੋਬਲਮ ਸੋਲਵ। ਇਸ ਕਰਕੇ ਇਸ ਮੈਡਲ ਦੇ ਐਕਚੁਅਲ ਸ਼ਬਦਾਂ ਪੋਲੀਟੀਸ਼ੀਅਨ ਕੈਟੇਗਰੀ 'ਚ ਬੈਂਸ ਕਾਲਜ ਨੇ। ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਲੋਕਤੰਤਰ ਮਤਲਬ ਕਿ ਲੋਕਾਂ ਦਾ ਰਾਜ, ਲੋਕਾਂ ਦੇ ਰਾਜ ਦੇ ਵਿੱਚ ਬਿਊਰੋਕਰੇਟ, ਅਫਸਰ, ਪੋਲੀਟੀਸ਼ੀਅਨ ਜਿਹੜੇ ਵੋਟ ਨਾਲ ਚੁਣਦੇ ਆ, ਨੁਮਾਇੰਦੇ, ਉਹ ਸਾਰੇ ਲੋਕਾਂ ਦੇ ਨੌਕਰ, ਮਤਲਬ ਕਿ ਲੋਕ ਮਾਲਕ। ਬੜਾ ਦੇਖ ਕੇ ਅਫਸੋਸ ਹੁੰਦਾ ਸੀ ਜਦੋਂ ਮੈਂ ਨੁਮਾਇੰਦਾ ਨਹੀਂ ਸੀ, ਮੈਂ ਕੋਈ ਇਲੈਕਸ਼ਨ ਨਹੀਂ ਸੀ ਲੜੀ, ਅਤੇ ਬੜਾ ਦੇਖ ਕੇ ਦੁੱਖ ਅਤੇ ਅਫਸੋਸ ਹੁੰਦਾ ਸੀ ਕਿ ਲੋਕ ਆਪਣੇ ਨੁਮਾਇੰਦੇ ਚੁਣਦੇ ਆ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਭਾਵਨਾ ਦੇ ਅਨੁਸਾਰ ਕੰਮ ਨਹੀਂ ਕਰਦੇ। ਸੋ ਮਨ ਦੇ ਅੰਦਰ ਬੜੀ ਇੱਕ ਪ੍ਰਬਲ ਇੱਛਾ ਸੀ ਕਿ ਜੇ ਲੋਕਾਂ ਨੇ ਕੋਈ ਨੁਮਾਇੰਦਗੀ ਦਿੱਤੀ ਤੇ ਲੋਕਾਂ ਦਾ ਸੇਵਕ ਬਣ ਕੇ, ਲੋਕਾਂ ਦਾ ਨੌਕਰ ਬਣ ਕੇ ਕਰਕੇ ਦਿਖਾਉਂਗਾ। ਭਗਵਾਨ ਦੀ ਕਿਰਪਾ, ਲੋਕਾਂ ਨੇ ਜ਼ਿੰਮੇਵਾਰੀ ਵੱਖਰੀ ਕੀਤੀ ਹੈ ਤੇ ਯਤਨ ਕੀਤਾ ਹਮੇਸ਼ਾ ਕਿ ਲੋਕਤੰਤਰ ਮਤਲਬ ਲੋਕ ਮਾਲਕ ਤੇ ਲੋਕਾਂ ਦਾ ਚੌਕੀਦਾਰ, ਵਫ਼ਾਦਾਰ ਚੌਕੀਦਾਰ ਬਣ ਕੇ ਉਹ ਕੰਮ ਕਰਕੇ ਦਿਖਾਵਾਂ ਜਿਹੜਾ ਵੋਟਰ ਵੋਟ ਪਾਉਣ ਲੱਗਿਆ ਮਨ ਦੇ ਵਿੱਚ ਭਾਵਨਾ ਰੱਖਦਾ, ਉਸ ਭਾਵਨਾ ਤੇ ਚੱਲ ਕੇ ਕੰਮ ਕਰਕੇ ਦਿਖਾਵਾਂ। ਪਹਿਲੀ ਇਲੈਕਸ਼ਨ 2002 ਦੇ ਵਿੱਚ ਐਜ਼ ਇੰਡੀਪੈਂਡੈਂਟ, ਇੱਕ ਪਾਸੇ ਅਕਾਲੀ ਦਲ, ਦੂਸਰੇ ਪਾਸੇ ਕਾਂਗਰਸ, ਵੱਡੇ ਵੱਡੀਆਂ ਪਾਰਟੀਆਂ ਦੇ ਵੱਡੇ ਕੱਦ ਵਾਲੇ ਉਮੀਦਵਾਰ ਤੇ ਸਿਮਰ ਬੈਂਸ ਨਵਾਂ ਰਾਜਨੀਤੀ ਦੇ ਵਿੱਚ ਸਪੀਚ ਨਹੀਂ ਕਰਨੀ ਆਉਂਦੀ। ਜਿਹੜੀਆਂ ਵਿਰੋਧੀ ਪਾਰਟੀਆਂ ਐਸਾ ਦੰਭੀ ਪ੍ਰਚਾਰ ਕਰਦੀਆਂ ਨੇ ਕਿ ਬੈਂਸ ਨੇ ਇਲੈਕਸ਼ਨ ਲੜਨੀ ਨਹੀਂ, ਬੈਂਸ ਆਪਣਾ ਵਜਨ ਵਧਾ ਰਿਹਾ ਸਰਕਾਰ ਕੋਲੋਂ ਯੋਧਾ ਪ੍ਰਾਪਤ ਕਰਨ ਵਾਸਤੇ। ਤੇ ਲੋਕਾਂ ਨੇ ਏਡੀ ਵੱਡੀ ਆਸ਼ੀਰਵਾਦ ਦਿੱਤੀ, ਏਡਾ ਵੱਡਾ ਮਿਹਰ ਭਰਿਆ ਹੱਥ, ਏਡੀ ਵੱਡੀ ਬਲੈਸਿੰਗ ਦਿੱਤੀ, ਦੋਨੋਂ ਵੱਡੀਆਂ ਪਾਰਟੀਆਂ ਦੀ ਵੋਟ ਰਲਾ ਕੇ ਵੀ ਜਿਹੜਾ ਸਿਮਰ ਬੈਂਸ ਨੂੰ ਆਸ਼ੀਰਵਾਦ ਮਿਲਿਆ ਉਹ ਦੋਨਾਂ ਪਾਰਟੀਆਂ ਤੋਂ ਵੀ ਵੋਟਾਂ ਮਿਲਾਉਣ ਤੋਂ ਬਾਅਦ ਵੀ ਵੱਡਾ। ਤੇ ਦੋਸਤੋ ਕਦੇ ਮਨ ਦੇ ਵਿੱਚ ਸੋਚਿਆ ਨਹੀਂ ਸੀ ਕਿ 2002 ਦੇ ਵਿੱਚ ਨਗਰ ਨਿਗਮ ਕੌਂਸਲਰ ਦੀ ਪਹਿਲੀ ਇਲੈਕਸ਼ਨ ਲੜੀ ਤੇ ਜਿਹੜੇ ਮੁਕਾਮ ਦੇ ਉੱਤੇ ਅੱਜ ਤੁਸੀਂ ਪਹੁੰਚਾਇਆ, ਲੋਕਾਂ ਨੇ ਪਹੁੰਚਾਇਆ, ਕਦੇ ਸੋਚਿਆ ਨਹੀਂ ਸੀ। ਪਰ ਜਿਹੜੀ ਚਾਦਰ ਤੁਸੀਂ 2002 ਦੇ ਵਿੱਚ ਦਿੱਤੀ ਨੁਮਾਇੰਦਗੀ ਦੀ ਚਿੱਟੀ ਚਾਦਰ, ਉਸ ਚਿੱਟੀ ਚਾਦਰ ਤੇ ਕਦੇ ਬੇਈਮਾਨੀ ਦਾ ਧੱਬਾ ਨਹੀਂ ਲੱਗਣ ਦਿੱਤਾ, ਕਦੇ ਕਰਪਸ਼ਨ ਦਾ ਦਾਗ ਨਹੀਂ ਪੈਣ ਦਿੱਤਾ। ਚਾਹੇ ਜਬਰ ਜ਼ੁਲਮ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ ਪੁਲਿਸ ਦਾ ਤਸ਼ੱਦਦ ਸਹਿਣਾ ਪਿਆ, ਥਾਣੇ ਦੀਆਂ ਹਵਾਲਾਤਾਂ ਚ ਰਾਤਾਂ ਗੁਜ਼ਾਰਨੀਆਂ ਪਈਆਂ, ਜੇਲ੍ਹ ਦੇ ਵਿੱਚ ਮਹੀਨਿਆਂ ਵਧੀ ਬੰਦ ਰਹਿਣਾ ਪਿਆ, ਪਰ ਰਾਜਨੀਤੀ ਧੰਦਾ ਨਹੀਂ ਬਣਨ ਦਿੱਤਾ। ਰਾਜਨੀਤੀ
ਰਾਜਨੀਤਿਕ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਤੁਰਿਆ 2002 ਦੇ ਵਿੱਚ ਤੇ ਅੱਜ 2018 ਤੇ 2018-2002 ਬਹੁਤ ਲੰਬਾ ਵਕਤਾ ਉਹ ਭਗਵਾਨ ਦੀ ਕਿਰਪਾ ਕਿ ਇਹ ਰਾਜਨੀਤੀ ਦੇ ਅੰਦਰ ਆਈ ਰਿਸ਼ਵਤਖੋਰੀ ਦੀ ਦਲਦਲ ਨੂੰ ਸਮਾਪਤ ਕਰਨ ਦੇ ਵਿੱਚ ਯਾਦ ਕਰਦਾ ਕਿ 2002 ਚ ਇਕੱਲਾ ਤੁਰਿਆ ਸੀ ਤੇ ਅੱਜ ਕਿੱਡਾ ਵੱਡਾ ਕੰਮ। ਅੱਜ ਕਿੱਡਾ ਵੱਡਾ ਵਿਸ਼ਵ ਪੱਧਰ ਦੇ ਉੱਤੇ ਪੰਜਾਬੀਆਂ ਦਾ ਪਿਆਰ ਹਾਸਲ ਹੋ ਰਿਹਾ। ਸੋ ਮੈਂ ਬੜਾ ਸੈਟਿਸਫਾਈਡ ਹਾਂ। ਕਿਸੇ ਚੀਜ਼ ਦਾ ਬੀਜ ਬੀਜਿਆ ਜਾਵੇ ਤੇ ਉਹਨੂੰ ਫਲ ਜ਼ਰੂਰ ਲੱਗਦਾ ਤੇ ਦੋਸਤੋ ਜ਼ਰੂਰ ਫਲ ਲੱਗੇਗਾ। ਜਿਹੜਾ ਰਾਜਨੀਤੀ ਧੰਦਾ ਬਣੀ ਜਿਹੜੀ ਤੇ ਸਾਡਾ ਸੰਘਰਸ਼ ਉਹਨਾਂ ਦੇ ਵਿਰੁੱਧ ਹੈ ਕਿ ਰਾਜਨੀਤੀ ਧੰਦਾ ਨਹੀਂ, ਰਾਜਨੀਤੀ ਇੱਕ ਦੇਸ਼ ਭਗਤੀ ਹੈ। ਇਨਕਲਾਬੀ ਸੋਚ ਲੈ ਕੇ ਤੁਰਿਆ, ਇਸ ਫੀਲਡ ਦੇ ਵਿੱਚ ਪੈਸ਼ਨੇਟ ਬਣ ਕੇ ਤੁਰਿਆ। ਦਿਨ ਦੀ ਰੂਟੀਨ ਸਵੇਰੇ ਤਕਰੀਬਨ 8 ਵਜੇ ਦਫ਼ਤਰ, ਸੰਗਤ ਦਾ ਹੁਕਮ ਸੁਣਨੇ, ਲੋਕਾਂ ਦੇ ਕੰਮ ਸੁਣਨੇ, ਦੁਪਹਿਰ ਵੇਲੇ ਖੁਸ਼ੀ ਗਮੀ ਦੇ ਸਮਾਜਿਕ ਸੋਸ਼ਲ ਪ੍ਰੋਗਰਾਮ, ਪੋਲੀਟੀਕਲ ਪ੍ਰੋਗਰਾਮ ਨਿਬੇੜ ਕੇ ਰਾਤ ਨੂੰ ਫਿਰ ਆਫਿਸ ਕੋਟ ਮੰਗਲ ਸਿੰਘ, ਸ਼ਿਮਲਾ ਪੁਰੀ, ਫੀਲਡ ਗੰਜ, ਦੁਗਰੀ ਰੋਡ, ਮਾਡਲ ਟਾਊਨ, ਸਾਰਾ ਦਿਨ ਸੰਗਤ ਦੀ ਸੇਵਾ ਕਰਕੇ, ਲੋਕਾਂ ਦੀ ਸੇਵਾ ਕਰਕੇ ਇੱਕ ਆਨੰਦ ਮਹਿਸੂਸ ਹੁੰਦਾ ਹੈ। ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ, 1 ਵਜੇ ਤੱਕ। ਤੇ ਦੋਸਤੋ ਮੈਂ ਇਸ ਕਰਕੇ ਨਹੀਂ ਦੱਸ ਰਿਹਾ, ਮੈਂ ਆਪਣੀ ਕੋਈ ਵਡਿਆਈ ਨਹੀਂ ਲੈ ਰਿਹਾ, ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਰਾਜਨੀਤੀ ਸੇਵਾ ਦਾ ਮਿਸ਼ਨ ਹੈ। ਜੇ ਲੋਕ ਇਨਸਾਫ਼ ਪਾਰਟੀ ਦੀ ਟਿਕਟ ਤੇ ਲੜਨਾ ਤੇ ਫਿਰ ਇਸ ਮਿਸ਼ਨ ਨੂੰ ਅਡਾਪਟ ਕਰਨਾ ਪਏਗਾ। ਕਿਉਂਕਿ ਰਾਜਨੀਤੀ ਸਾਡੇ ਵਾਸਤੇ ਕੋਈ ਧੰਦਾ ਨਹੀਂ, ਰਾਜਨੀਤੀ ਕੋਈ ਇੰਜੋਏ ਦਾ ਸਾਧਨ ਨਹੀਂ, ਰਾਜਨੀਤੀ ਇੱਕ ਦੇਸ਼ ਭਗਤੀ ਹੈ, ਰਾਜਨੀਤੀ ਲੋਕਾਂ ਦੀ ਸੇਵਾ ਦਾ ਮਿਸ਼ਨ, ਰਾਜਨੀਤੀ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਸੰਘਰਸ਼ ਦਾ ਨਾਮ। ਲੋਕ ਇਨਸਾਫ਼ ਪਾਰਟੀ ਵਾਸਤੇ ਰਾਜਨੀਤੀ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਸੋ ਜੇ ਲੋਕ ਇਨਸਾਫ਼ ਪਾਰਟੀ ਦੇ ਕੈਂਡੀਡੇਟ ਵਜੋਂ ਇਲੈਕਸ਼ਨ ਲੜਨੀ ਹੈ ਤੇ ਸਾਰੀਆਂ ਗੱਲਾਂ ਗ੍ਰਹਿਣ ਕਰਨੀਆਂ ਪੈਣਗੀਆਂ, ਪਹਿਰਾ ਦੇਣਾ ਪਏਗਾ ਇਹਨਾਂ ਗੱਲਾਂ ਦੇ ਉੱਤੇ। ਮੇਰੇ ਕੋਲ ਕੋਈ ਪੀੜਤ ਮਾਂ ਆਉਂਦੀ ਹੈ ਤੇ ਮਹਿਸੂਸ ਹੁੰਦਾ ਕਿ ਇਹ ਮੇਰੀ ਮਾਂ ਨਾਲ ਹੋ ਸਕਦਾ। ਮੇਰੇ ਕੋਲ ਕੋਈ ਪੀੜਤ ਬਜ਼ੁਰਗ ਆਉਂਦਾ ਤੇ ਅਹਿਸਾਸ ਹੁੰਦਾ ਕਿ ਮੇਰੇ ਬਜ਼ੁਰਗ ਨਾਲ ਹੋ ਸਕਦਾ। ਮੇਰੇ ਕੋਲ ਕੋਈ ਬੱਚੀ ਆਉਂਦੀ ਹੈ ਤੇ ਮੈਨੂੰ ਮਹਿਸੂਸ ਹੁੰਦਾ ਕਿ ਕੱਲ ਨੂੰ ਇਹ ਮੇਰੀ ਧੀ ਤੁਹਾਡੀ ਧੀ ਨਾਲ ਹੋ ਸਕਦਾ। ਤੇ ਆਪਣਾ ਭਾਨਾ ਮੇਰੇ ਕੋਲ, ਮੈਂ ਆਪਣੇਪਨ ਦੇ ਨਾਲ ਲੋਕਾਂ ਦੀ ਸੇਵਾ ਕਰਦਾ ਤੇ ਮੈਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਲੋਕ ਮੈਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਵੱਧ ਕੇ ਪਿਆਰ ਦਿੰਦੇ ਆ। ਮਾਂ ਆਪਣੇ ਸਕੇ ਪੁੱਤ ਨਾਲੋਂ ਵੱਧ ਕੇ ਸਿਮਰ ਬੈਂਸ ਨੂੰ ਪਿਆਰ ਦਿੰਦੀ ਹੈ, ਇੱਕ ਭੈਣ ਆਪਣੇ ਸਕੇ ਭਰਾ ਨਾਲੋਂ ਵੱਧ ਕੇ ਸਿਮਰ ਬੈਂਸ ਨੂੰ ਪਿਆਰ ਦਿੰਦੀ ਹੈ, ਇੱਕ ਭਰਾ ਨਾਲੋਂ ਵੱਧ ਕੇ ਜੇਲ੍ਹਾਂ 'ਚ ਚਲਿਆ ਜਾਂਦਾ ਆਪਣੇ ਸਕੇ ਭਰਾ ਨਾਲੋਂ ਵੱਧ ਕੇ ਪਿਆਰ ਦਿੰਦਾ। ਇੱਕ ਵੱਡੀ ਰਾਜਨੀਤੀ ਦੇ ਅੰਦਰ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ। ਸੋ ਦੋਸਤੋ ਲੋਕ ਇਨਸਾਫ਼ ਪਾਰਟੀ ਪਿਆਰ ਵਧਾਉਣ ਵਾਸਤੇ ਹੈ, ਧਰਮਾਂ ਦੇ ਨਾਮ ਦੇ ਉੱਤੇ ਵੰਡੀਆਂ ਪਾ ਕੇ ਲੋਕਾਂ ਨੂੰ ਵੰਡ ਕੇ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਨਹੀਂ। ਏਕ ਪਿਤਾ ਏਕਸ ਕੇ ਹਮ ਬਾਰਕ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਕੋ। ਲੋਕ ਇਨਸਾਫ਼ ਪਾਰਟੀ ਦਾ ਸਿਧਾਂਤ ਹੈ ਮਨੁੱਖਤਾ ਦੀ ਸੇਵਾ ਕਰਨਾ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ, ਤੇ ਦੇਖੋ ਫਿਰ ਕੈਸਾ ਲੋਕ ਪਿਆਰ ਬਖਸ਼ਿਸ਼ ਕਰਦੇ ਆ। ਮੈਂ ਬਹੁਤ ਸੈਟਿਸਫਾਈਡ ਹਾਂ ਤੇ ਤੁਸੀਂ ਲੋਕ ਇਨਸਾਫ਼ ਜੁਆਇਨ ਕੀਤੀ ਹੈ, ਚੋਣ ਲੜ ਰਹੇ ਹੋ ਤੇ ਇਸੇ ਤਰ੍ਹਾਂ ਦੇ ਉੱਤੇ ਸੇਵਾ ਕਰਿਓ ਤੇ ਦੇਖਿਓ ਲੋਕ ਕਿੰਨਾ ਅੱਖਾਂ ਪਲਕਾਂ ਤੇ ਬਿਠਾ ਕੇ ਪਿਆਰ ਵੀ ਆਇਆ ਸੀ। ਉਹਦੀ ਵੀ ਐਪਲੀਕੇਸ਼ਨ ਲਾ ਲਓ, 2 ਪਹਿਲਾਂ ਹੈਗੀਆਂ, 3 ਇਹ ਆ ਗਈਆਂ, ਸ਼ਾਮ ਨੂੰ ਬੈਠ ਕੇ ਕਰਾਂਗੇ ਸਾਰਾ। ਦੋਸਤੋ ਜੇਲ੍ਹ ਜਾਣਾ, ਬਜ਼ੁਰਗ ਕਹਿੰਦੇ ਆ ਜੇਲ੍ਹ ਸੋਨੇ ਦੀ ਮਾੜੀ ਹੈ। ਜੇਲ੍ਹ ਉਦੋਂ ਮਾੜੀ ਹੈ ਜਦੋਂ ਕੋਈ ਕਰਪਸ਼ਨ ਕਰਕੇ, ਕੋਈ ਮਾੜਾ ਕਰਮ ਕਰਕੇ ਜੇਲ੍ਹ ਜਾਣਾ ਪਵੇ, ਤੇ ਜਦੋਂ ਜੇਲ੍ਹ ਦੇਸ਼ ਵਾਸਤੇ ਜਾਣਾ ਹੋਵੇ
ਦੇਸ਼ ਚ ਆਈ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਦੂਰ ਕਰਨ ਵਾਸਤੇ ਜਾਣਾ ਹੋਵੇ, ਲੋਕਾਂ ਵਾਸਤੇ ਜੇਲ੍ਹ ਜਾਣਾ ਹੋਵੇ, ਤੇ ਫਿਰ ਜੇਲ੍ਹ ਨਰਕ ਨੀ, ਜੇਲ੍ਹ ਫਿਰ ਨਾਨਕੇ ਪਿੰਡ ਵਰਗਾ ਚਾਹ, ਮੇਰੇ ਘਰ ਦੇ ਦਰਵਾਜ਼ੇ, ਮੇਰੇ ਦਫ਼ਤਰ ਦੇ ਦਰਵਾਜ਼ੇ ਤੁਹਾਡੇ ਵਾਸਤੇ 24 ਘੰਟੇ ਖੁੱਲੇ ਆ। ਲੈਟਰ ਬਾਕਸ, ਲੈਟਰ ਬਾਕਸ ਦੇ ਵਿੱਚ ਬੇਈਮਾਨਾਂ ਦੇ ਖਿਲਾਫ, ਜਬਰ ਜ਼ੁਲਮ ਕਰਨ ਵਾਲੇ, ਧੱਕੇਸ਼ਾਹੀ ਕਰਨ ਵਾਲੇ ਲੋਕਾਂ ਦੇ ਖਿਲਾਫ ਚਿੱਠੀ ਲਿਖ ਕੇ ਪਾਓ, ਲੈਟਰ ਲਿਖ ਕੇ ਪਾਓ। ਮੈਂ ਤੇ ਮੇਰੇ ਸਾਥੀ, ਅਸੀਂ ਇਮਾਨਦਾਰ ਚੌਕੀਦਾਰ ਬਣ ਕੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਕਰਕੇ ਦੇਵਾਂਗੇ। ਇਨਕਲਾਬ ਜ਼ਿੰਦਾਬਾਦ ਬੋਲਦੇ ਹਾਂ।